ਸਮਾਜ ਸੇਵੀ ਵੱਲੋਂ ਜਿਹੜੇ ਗਰੀਬ ਜਿਹੜੇ ਝੁੱਗੀਆਂ ਵਿੱਚ ਝੌਂਪੜੇ ਵਾਲੇ ਬੱਚੇ ਆ ਉਹਨਾਂ ਨੂੰ ਜਿਹੜਾ ਸਿੱਖਿਆ ਦਿੱਤੀ ਜਾ ਰਹੀ ਆ ਇਤਨਾ ਕਿਤੇ ਇੱਕ ਚੰਗਾ ਜਿਹੜਾ ਉਪਰਾਲਾ ਕੀਤਾ ਹੈ ਜਿਹੜਾ ਸਮਾਜ ਸੇਵੀ ਕਿਉਂਕਿ ਸਾਡਾ ਮੌਲਿਕ ਅਧਿਕਾਰ ਹੈਗਾ ਵਾ ਪੜਾਈ ਅਸੀਂ 2017 ਤੋਂ ਇਹ ਸੇਵਾ ਕਰ ਰਹੇ ਆ ਤੇ ਸਾਡੇ ਕੋਲ ਤਕਰੀਬਨ 1000 ਦੇ ਲਗਭਗ ਬੱਚੇ 6 ਸੈਂਟਰਾਂ ਵਿੱਚ ਪੜ ਰਹੇ ਆ ਜਿਹੜਾ ਵੀ ਹੋਰ ਵੀ ਕੋਈ দান ਅਸੀਂ ਦਿੰਨੇ ਆ ਉਹ ਲੋਕ ਭੁੱਲ ਜਾਂਦੇ ਨੇ ਪਰ ਵਿਦਿਆਦਾਨ ਹੈ ਉਹ ساری ਜ਼ਿੰਦਗੀ ਕੋਈ ਕਿਸੇ ਕੋਲੋਂ ਖੋ ਨਹੀਂ ਸਕਦਾ ਕੋਈ ਭੁੱਲ ਨਹੀਂ ਸਕਦਾ ਇਹਦੇ ਨਾਲ ਸਾਡਾ ਸਮਾਜ ਸਿਰਜਦਾ ਆ ਘਰ ਦੇ ਵਿੱਚ ਪਹਿਲਾਂ ਸ਼ੁਰੂਆਤ ਕੀਤੀ ਮੇਰੇ ਕੋਲ 5-6 ਬੱਚੇ ਆ ਕੇ ਪੜਨ ਲੱਗੇ ਪਰ ਉਸ ਤੋਂ ਬਾਅਦ ਉਹ ਬੱਚੇ ਆਨੇ ਬੰਦ ਕਰਤਾ ਫਿਰ ਮੈਂ ਸੋਚਿਆ ਵੀ ਮੈਂ ਉਹਨਾਂ ਨੂੰ ਘਰ-ਘਰ ਜਾ ਕੇ ਤਾਂ ਲਿਜਾਣ ਨਹੀਂ ਸਕਦੀ ਮੈਂ ਉਹਨਾਂ ਕੋਲ ਜਾ ਸਕਦੀ ਆ ਫਿਰ ਮੈਂ ਝੁੱਗਿਆਂ 'ਚ ਜਾ ਕੇ ਜਦੋਂ ਪੜਾਉਣਾ ਸ਼ੁਰੂ ਕੀਤਾ ਬੱਚਿਆਂ ਦੀ ਲਾਈਫ ਚੇਂਜ ਹੋ ਗਈ ਬੱਚਿਆਂ ਦੀ ਜ਼ੁਬਾਨ ਦੇ ਸ਼ਬਦ ਨਹੀਂ ਕਿ ਮੈਂ ਪਹਿਲੇ ਲੱਗਦਾ ਥਾ ਕਿ ਹਮ ਝੁੱਗੀਆਂ ਵਿੱਚ ਜੀਏ ਹੈ ਝੁੱਗੀਆਂ ਵਿੱਚ ਮਰ ਜਾਏਗੇ ਹੁਣ ਲੱਗਦਾ ਹੈ ਹਮ ਵੀ ਇਟੋں ਕੇ ਘਰ ਬਣਾ ਸਕਤੇ ਹੈ ਮੈਂ ਬੱਚਿਆਂ ਨੂੰ ਜਦੋਂ ਸਮਾਜ ਦੇ ਵਿੱਚ ਗੈਪ ਦੇਖਿਆ ਨਾ ਵੀ ਇਹਨਾਂ ਨੂੰ ਕਿਉਂ ਨਹੀਂ ਕੋਈ ਸੁਣਦਾ ਇਹਨਾਂ ਦੇ ਵੀ ਕੋਈ ਵਿਚਾਰ ਹੋਣਗੇ ਇਹਨਾਂ ਦੇ ਵੀ ਜਜ਼ਬਾਤ ਹੋਣਗੇ ਤੇ ਜਦੋਂ ਮੈਂ ਬੱਚਿਆਂ ਨਾਲ ਗੱਲਬਾਤ ਕੀਤੀ 15-15 ਸਾਲ ਦੀਆਂ ਕੁੜੀਆਂ ਨੇ ਸਭ ਤੋਂ ਪਹਿਲਾਂ ਮੇਰੇ ਕੋ ਪੜਨਾ ਸ਼ੁਰੂ ਕੀਤਾ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਰਾਤ ਨੂੰ ਚੈਨ ਦੀ ਨੀਂਦ ਸੋਈਦੀ ਹੈ ਕਿ ਇੱਕ ਅੱਛਾ ਕੰਮ ਕੀਤਾ ਹੈ ਜ਼ਿੰਦਗੀ ਵਿੱਚ ਕੁਝ ਅੱਛਾ ਕਰਕੇ ਜਾਵਾਂਗੇ ਜਿਹੜਾ ਵੀ ਆਂਦਾ ਸਾਨੂੰ ਉਹਦਾ ਵੈਲਕਮ ਕਰਨਾ ਪੈਂਦਾ ਕੋਈ ਐਨੀਵਰਸਰੀ ਮਨਾਉਣ ਆ ਰਿਹਾ ਕੋਈ ਕੁਝ ਵੀ ਕਰਨ ਆ ਰਿਹਾ ਅਸੀਂ ਉਹਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਹਾਂ ਬੱਚੇ ਵੀ ਉਹਨਾਂ ਨਾਲ ਨੂੰ ਮਿਲ ਕੇ ਉਹਨਾਂ ਤੋਂ ਕੋਈ ਗਿਫਟ ਵਗੈਰਾ ਲੈ ਕੇ ਕੋਈ ਕੁਝ ਲੈ ਕੇ ਬਹੁਤ ਖੁਸ਼ ਹੁੰਦੇ ਨੇ ਵਿੱਦਿਆ ਸਾਡਾ ਮੌਲਿਕ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਕਿ ਹਰ ਇੱਕ ਬੱਚੇ ਨੂੰ ਪੜਨ ਦਾ ਪੂਰਾ ਹੱਕ ਹੈਗਾ ਪਰ ਕਈ ਜਿਹੜੇ ਬੱਚੇ ਨੇ ਪੜਾਈ ਤੋਂ ਵਾਂਝੇ ਰਹਿ ਜਾਂਦੇ ਨੇ ਕਈ ਨਿੱਜੀ ਕਰਨ ਕਰਕੇ ਕਈ ਪੈਸੇ ਦੇ ਕਰਕੇ ਪਰ ਤਦ ਉਹਨਾਂ ਬੱਚਿਆਂ ਦਾ ਲਈ ਇੱਕ ਜਿੱਥੇ ਸਰਕਾਰ ਉਹਨਾਂ ਨੂੰ ਪੜਾ ਨਹੀਂ ਸਕਦੀ ਸਕੂਲ ਉਹਨਾਂ ਨੂੰ ਪੜਾ ਨਹੀਂ ਸਕਦੇ ਪਰ ਕਈ ਜਿਹੜੇ ਸਮਾਜ ਸੇਵੀ ਨੇ ਉਹ ਉਹਨਾਂ ਬੱਚੇ ਨੂੰ ਜਿਹੜੇ ਨੇ ਪੜਾਉਂਦੇ ਨੇ ਅਸੀਂ ਇਸ ਲੁਧਿਆਣਾ ਵਿੱਚ ਖੜੇ ਨੇ ਜਿੱਥੇ ਇੱਕ ਸਮਾਜ ਸੇਵੀ ਵੱਲੋਂ ਜਿਹੜੇ ਗਰੀਬ ਜਿਹੜੇ ਝੁੱਗੀਆਂ ਵਿੱਚ ਝੌਂਪੜੇ ਵਾਲੇ ਬੱਚੇ ਹੈ ਉਹਨਾਂ ਨੂੰ ਜਿਹੜਾ ਸਿੱਖਿਆ ਦਿੱਤੀ ਜਾ ਰਹੀ ਆ ਕਿੰਨਾ ਕੀਤੇ ਇੱਕ ਚੰਗਾ ਜਿਹੜਾ ਪ੍ਰਲਾ ਕੀਤਾ ਜਿਹੜਾ ਸਮਾਜ ਸੇਵਕ ਕਿਉਂਕਿ ਸਾਡਾ ਮੌਲਿਕ ਅਧਿਕਾਰ ਹੈਗਾ ਵਾ ਪੜਾਈ ਗੱਲਬਾਤ ਵੀ ਕਰ ਲੈਂਦੇ ਆ ਮੈਮ ਕਦੋਂ ਤੁਸੀਂ ਜਿਹੜਾ ਜਿਹੜਾ ਕੰਮ ਕਰੋ ਸਮਾਜ ਸੇਵਾ ਕਦੋਂ ਤੁਸੀਂ ਕਰ ਲੋ ਕਿੰਨੇ ਬੱਚੇ ਤੁਹਾਡੇ ਨਾਲ ਜੁੜੇ ਟੋਟਲ ਅਸੀਂ 2017 ਤੋਂ ਇਹ ਸੇਵਾ ਕਰ ਰਹੇ ਆ ਤੇ ਸਾਡੇ ਕੋਲ ਤਕਰੀਬਨ 1000 ਦੇ ਲਗਭਗ ਬੱਚਾ ਹੈ 6 ਸੈਂਟਰਾਂ ਵਿੱਚ ਪੜ ਰਿਹਾ ਉਸ ਤੋਂ ਇਲਾਵਾ ਵੀ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਸਾਡੇ ਮੁਖੀ ਨਾਮਤਾਰੀ ਠਾਕੁਰ ਦਿਲੀਪ ਸਿੰਘ ਜੀ ਉਹਨਾਂ ਦਾ ਪਰਵਚਨ ਹੈ ਕਿ ਜਿਹੜਾ ਵੀ ਹੋਰ ਵੀ ਕੋਈ ਦਾਨ ਅਸੀਂ ਦਿੰਨੇ ਆ ਉਹ ਲੋਕ ਭੁੱਲ ਜਾਂਦੇ ਨੇ ਪਰ ਵਿਦਿਆਦਾਨ ਹੈ ਉਹ ساری ਜ਼ਿੰਦਗੀ ਕੋਈ ਕਿਸੇ ਕੋਲੋਂ ਖੋ ਨਹੀਂ ਸਕਦਾ ਕੋਈ ਭੁੱਲ ਨਹੀਂ ਸਕਦਾ ਇਹਦੇ ਨਾਲ ਸਾਡਾ ਸਮਾਜ ਸਿਰਜਦਾ ਆ ਨਵਾਂ ਬੱਚੇ ਜਿਹੜੇ ਆ ਵਾਂਝੇ ਰਹਿ ਜਾਂਦੇ ਆ ਕਿਉਂਕਿ ਉਹਨਾਂ ਦਾ ਵਿਚਾਰ ਹੈ ਕਿ ਵਿਦਿਆ ਹਰ ਇੱਕ ਦਾ ਅਧਿਕਾਰ ਹੋਣਾ ਚਾਹੀਦਾ ਜਿਵੇਂ ਤੁਸੀਂ ਗੱਲ ਕੀਤੀ ਤੇ ਇਹ ਇਹਦੇ ਕਈ ਪੇਰੈਂਟਸ ਐ ਆਪ ਨਹੀਂ ਪੜੇ ਆਪਣੇ ਬੱਚਿਆਂ ਨੂੰ ਵੀ ਸਕੂਲਾਂ ਤੱਕ ਨਹੀਂ ਪਹੁੰਚਾ ਪਾਉਂਦੇ ਉਹਦੇ ਲਈ ਅਸੀਂ ਮਦਦ ਕਰਦੇ ਹਾਂ ਮੈਂ ਜਿਸ ਤਰ੍ਹਾਂ ਜਿਹੜੇ ਕੰਮ ਸਰਕਾਰ ਜੋ ਤੁਸੀਂ ਕਰਉ ਸਰਕਾਰ ਹਾਲਾਂਕਿ ਫ੍ਰੀ ਸਿੱਖਿਆ ਜ਼ਰੂਰ ਦਿੰਦੀ ਪਰ ਕਈ ਬੱਚੇ ਜਿਹੜੇ ਆਪਣੇ ਘਰੋਂ ਤੋਂ ਬਾਹਰ ਨਹੀਂ ਨਿਕਲਦੇ ਸਕੂਲ ਨਹੀਂ ਹੈਗੇ ਉੱਥੇ ਕਿਸ ਤਰ੍ਹਾਂ ਤੁਹਾਡੇ ਆਈਡੀਆ ਹੈ ਕਿ ਹਾਂ ਸਾਨੂੰ ਕੁਝ ਇਸ ਨਾਲ ਕਰਨਾ ਜ਼ਰੂਰੀ ਹੈ ਤਾਂ ਕਿ ਜਿਹੜੇ ਬੱਚੇ ਸਕੂਲ ਨਹੀਂ ਜਾ ਸਕਦੇ ਸੀ ਉਹਨੂੰ ਉੱਥੇ ਜਾ ਕੇ ਉਹਨਾਂ ਦੇ ਘਰ ਜਾ ਕੇ ਉਹਨੂੰ ਪੜਾਸ ਪੜਾਈ ਕਿਸ ਤਰ੍ਹਾਂ ਤੁਹਾਡੇ ਦਿਮਾਗ ਤੇ ਆਇਆ ਸਰ ਆਈਡੀਆ 2017 ਦੀ ਗੱਲ ਮੇਰੇ ਯਾਦ ਆਂਦੀ ਹੈ ਕਿ ਜਦੋਂ ਠਾਕੁਰ ਜੀ ਨੇ ਬਚਨ ਕੀਤਾ ਕਿ ਜਿਹੜੇ ਵੀ ਆਪਣੇ ਘਰਾਂ 'ਚ ਦੁਖੀ ਹੋ ਕੁਛ ਵੀ ਹੈ ਆਪਣਾ ਵਿਦਿਆਦਾਨ ਲਈ ਸਮਾਂ ਕੱਢੋ ਤੇ ਮੈਂ ਘਰ ਦੇ ਵਿੱਚ ਪਹਿਲਾਂ ਸ਼ੁਰੂਆਤ ਕੀਤੀ ਮੇਰੇ ਕੋਲ 5-6 ਬੱਚੇ ਆ ਕੇ ਪੜਨ ਲੱਗੇ ਪਰ ਉਸ ਤੋਂ ਬਾਅਦ ਉਹ ਬੱਚਿਆਂ ਨੇ ਆਣਾ ਬੰਦ ਕਰਤਾ ਫਿਰ ਮੈਂ ਸੋਚਿਆ ਵੀ ਮੈਂ ਉਹਨਾਂ ਨੂੰ ਘਰ-ਘਰ ਜਾ ਕੇ ਤਾਂ ਲਿਜਾਣ ਨਹੀਂ ਸਕਦੀ ਮੈਂ ਉਹਨਾਂ ਕੋਲ ਜਾ ਸਕਦੀ ਆ ਫਿਰ ਮੈਂ ਝੁੱਗਿਆਂ 'ਚ ਜਾ ਕੇ ਜਦੋਂ ਪੜਾਉਣਾ ਸ਼ੁਰੂ ਕੀਤਾ ਤੇ ਮੈਂ ਉੱਥੇ ਜਾ ਕੇ ਵੇ ਪੇਰੈਂਟਸ ਨਾਲ ਗੱਲਬਾਤ ਕੀਤੀ ਵੀ ਤੁਸੀਂ ਕਿਉਂ ਨਹੀਂ ਬਣਾਉਂਦੇ ਸਰਕਾਰੀ ਸਕੂਲ ਹੈਗੇ ਨੇ ਤੁਸੀਂ ਕਿਉਂ ਨਹੀਂ ਬਣਾਉਂਦੇ ਕਹਿੰਦੇ ਮੈਡਮ ਕਿਆ ਕਰਨਗੀ ਪੜ ਕੇ ਮਾਸਟਰਾਂ ਨਹੀਂ ਥੋੜੀ ਲਗेंगी ਫਿਰ ਮੈਨੂੰ ਲੱਗਿਆ ਕਿ ਅਸੀਂ ਇਹਨਾਂ ਦੇ ਪੇਰੈਂਟਸ ਨੂੰ ਨਹੀਂ ਬਦਲ ਸਕਦੇ ਪਰ ਬੱਚਿਆਂ ਨੂੰ ਅਸੀਂ ਸੁਪਨੇ ਵਖਾ ਸਕਦੇ ਹਾਂ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਤੁਹਾਡੇ ਕੋਲ ਕਦੋਂ ਸਮਾਂ ਹੁੰਦਾ ਕਹਿੰਦੇ ਮੈਡਮ 4 ਵਜੇ ਸਾਡੇ ਬੱਚੇ ਕਬਾੜ ਵੀਨਨੇ ਜਾਂਦੇ ਹਨ 3 ਵਜੇ ਆਤੇ ਹਨ ਅਸੀਂ ਨਹੀਂ ਪੜਾ ਸਕਦੇ ਮੈਂ ਕਹਿੰਦੀ ਮੈਂ 4 ਵਜੇ ਆਉਂਗੀ ਤੁਹਾਡੇ ਕੋਲ ਅਸੀਂ 4 ਵਜੇ ਜਾਣਾ ਸ਼ੁਰੂ ਕੀਤਾ 6-7 ਵਜੇ ਤੱਕ ਪੜਾਉਣਾ ਉਹ ਬੱਚਿਆਂ ਦਾ ਸਕੂਲ 4 ਵਜੇ ਲੱਗਣਾ ਸ਼ੁਰੂ ਹੋ ਗਿਆ 3 ਵਜੇ ਆ ਕੇ ਬੱਚਿਆਂ ਨੂੰ ਨਹਾਣਾ ਬਰਸ਼ ਕਰਨਾ ਸਾਨੂੰ ਵੇਖ ਕੇ ਕਿ ਮੈਡਮ ਆ ਗਈ ਹੈ ਸਕੂਲ ਲੱਗਣ ਲੱਗਾ ਹੈ ਉਸ ਤੋਂ ਬੱਚਿਆਂ ਦੀ ਲਾਈਫ ਚੇਂਜ ਹੋ ਗਈ ਬੱਚਿਆਂ ਦੀ ਜ਼ੁਬਾਨ ਦੇ ਸ਼ਬਦ ਨਹੀਂ ਕਿ ਮੈਂ ਪਹਿਲੇ ਲੱਗਦਾ ਥਾ ਕਿ ਹਮ ਝੁੱਗੀਆਂ ਵਿੱਚ ਜੀਏ ਹੈ ਝੁੱਗੀਆਂ ਵਿੱਚ ਮਰ ਜਾਏਗੇ ਹੁਣ ਲੱਗਦਾ ਹੈ ਹਮ ਵੀ ਇਟੋਆਂ ਦੇ ਘਰ ਬਣਾ ਸਕਤੇ ਹੈ ਮੈਂ ਉਹਨਾਂ ਦੇ ਪੇਰੈਂਟਸ ਦੀ ਮੈਂਟੈਲਿਟੀ ਬਦਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲਾਲਚ ਦਿੱਤੇ ਕਿ ਤੁਹਾਨੂੰ ਸਰਦੀਆਂ ਦੇ ਕੱਪੜੇ ਦਿਆ ਕਰਾਂਗੇ ਗਰਮੀਆਂ ਦੇ ਕੱਪੜੇ ਦਿਆ ਕਰਾਂਗੇ ਤੁਹਾਡੇ ਬੱਚਿਆਂ ਨੂੰ ਹਫ਼ਤੇ 'ਚ ਇੱਕ ਦਿਨ ਖਾਣਾ ਦਿਆ ਕਰਾਂਗੇ ਪੇਰੈਂਟਸ ਨੂੰ ਲਾਲਚ ਦਿੱਤਾ ਪਰ ਬੱਚਿਆਂ ਨੂੰ ਸੁਪਨੇ ਦਿਖਾਏ ਕਹਿ ਸਕਦਾ ਕਿ ਤੁਸੀਂ ਬੱਚੇ ਨੂੰ ਨਵਾਂ ਜੀਵਨ ਦਿੱਤਾ ਇੱਕ ਸਾਹ ਦਾ ਇਹ ਕਹਿ ਸਕਦੇ ਹੋ ਇਹ ਇਹ ਮੈਂ ਆਪਣੇ ਆਪ ਨੂੰ ਗੋਡ ਗਿਫਟ ਸਮਝਦੀ ਆ ਕਿ ਮੇਰੇ ਹਿੱਸੇ ਇਹ ਸੇਵਾ ਆਈ ਤੇ ਬੱਚਿਆਂ ਦੀ ਸੋਚ ਤੋਂ ਮੈਂ ਬੜਾ ਕੁਝ ਸਿੱਖਿਆ ਬੱਚੇ ਕਹਿੰਦੇ ਮੈਮ ਲੋਕ ਤਾਂ ਹਮੇ ਇਨਸਾਨ ਹੀ ਨਹੀਂ ਸਮਝਦੇ ਮੈਂ ਬੱਚਿਆਂ ਨੂੰ ਜਦੋਂ ਸਮਾਜ ਦੇ ਵਿੱਚ ਗੈਪ ਦੇਖਿਆ ਨਾ ਵੀ ਇਹਨਾਂ ਨੂੰ ਕਿਉਂ ਨਹੀਂ ਕੋਈ ਸੁਣਦਾ ਇਹਨਾਂ ਦੇ ਵੀ ਕੋਈ ਵਿਚਾਰ ਹੋਣਗੇ ਇਹਨਾਂ ਦੇ ਵੀ ਜਜ਼ਬਾਤ ਹੋਣਗੇ ਤੇ ਜਦੋਂ ਮੈਂ ਬੱਚਿਆਂ ਨਾਲ ਗੱਲਬਾਤ ਕੀਤੀ 15-15 ਸਾਲ ਦੀਆਂ ਕੁੜੀਆਂ ਨੇ ਸਭ ਤੋਂ ਪਹਿਲਾਂ ਮੇਰੇ ਕੋਲ ਪੜਨਾ ਸ਼ੁਰੂ ਕੀਤਾ ਤੇ ਉਹ ਕੁੜੀਆਂ ਨੇ ਇੰਨੀਆਂ ਆਰਟ ਐਂਡ ਕ્રાਫਟ ਚ ਮਾਹਰ ਹੋ ਗਈਆਂ ਕਿ ਉਹ ਸ਼ਿਵਜੀ ਜੀ ਦੀ ਮੂਰਤੀ ਮਿੱਟੀ ਦੀ ਬਣਾ ਕੇ ਤੇਲ ਦੇ ਨਾਲ ਉਹਨੂੰ ਕਲਰ ਕਰਨਾ ਬੱਚਿਆਂ ਦੇ ਵਿੱਚ ਬੜੀ ਕਲਾ ਝੁੱਗੀਆਂ ਵਿੱਚ ਮੈਂ ਦੇਖੀ ਤੇ ਉਹ ਬੱਚਿਆਂ ਨੇ ਕਿਹਾ ਮੈਮ ਆਪ ਨੇ ਹਮੇ ਇਨਸਾਨ ਸਮਝਿਆ ਹਮੇ ਤਾਂ ਕੋਈ ਜਾਨਵਰੋ ਕੀ ਦરા ਹਮੇ ਧੱਕੇ ਦਿੰਦੇ ਨੇ ਲੋਕ ਤਾਂ ਤੁਸੀਂ ਬੱਚੇ ਨੂੰ ਪੜਾਤਾ ਰਹੀ ਹੋ ਪੜ੍ਹਾਈ ਦੇ ਨਾਲ ਹੋਰ ਕਿਸ ਤਰ੍ਹਾਂ ਕਿਹੜੇ ਕਿਹੜੇ ਖਿਲਾਈ ਦਿੱਤੇ ਜਾ ਰਹੇ ਤੁਹਾਡੇ ਵੱਲੋਂ ਅਸੀਂ ਬੱਚਿਆਂ ਨੂੰ ਠਾਕੁਰ ਜੀ ਦੀ ਪ੍ਰੇਰਣਾ ਦੇ ਨਾਲ ਹੀ ਬਿਊਟੀ ਪਾਰਲਰ ਦਾ ਕੋਰਸ ਕੰਪਿਊਟਰ ਦਾ ਸਿਲਾਈ ਕਾਫੀ ਚਿਰ ਤੋਂ ਸਿਖਾ ਰਹੇ ਹਾਂ ਇਸ ਮੈਡਮ ਦੇ ਘਰ ਸਿਖਾ ਰਹੇ ਸੀ ਹੁਣ ਅਸੀਂ ਇਹ ਹਾਲ ਰੈਂਟ ਤੇ ਲਿਆਵਾਂ ਤੇ ਅਸੀਂ ਹਰ ਇੱਕ ਸੇਵਾ ਇੱਥੇ ਸ਼ੁਰੂਆਤ ਕਰਾਂਗੇ ਤਾਂ ਕਿ ਜਿੰਨੀਆਂ ਵੀ ਕੁੜੀਆਂ ਸਾਡੇ ਕੋਲ ਪੜ੍ਹਦੀਆਂ ਸਿਰਫ ਪੜ੍ਹਾਈ ਤੱਕ ਹੀ ਨਾ ਰਹਿ ਜਾਣ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਨਹੀਂ ਚੇਂਜ ਹੋਏਗਾ ਜਦ ਤੱਕ ਉਹ ਆਪਣੇ ਪੈਰਾਂ ਤੇ ਨਹੀਂ ਖੜੀਆਂ ਹੋਣ ਗਿਆ ਅਸੀਂ ਉਹਨਾਂ ਨੂੰ ਹੁਨਰ ਸਿਖਾ ਰਹੇ ਹਾਂ ਵੀ ਉਹਨਾਂ ਦੇ ਕਿ ਮੈਮ ਤੁਸੀਂ ਕਦੋਂ ਤੁਸੀਂ ਜੁੜੇ ਇਸ ਮੈਮ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਮੈਂ ਵੀ ਇਹਨਾਂ ਨਾਲ ਉਦੋਂ ਤੋਂ ਹੀ ਜੁੜੀਆਂ ਜਦੋਂ ਤੋਂ ਇਹ ਇਹਨਾਂ ਨੇ ਸ਼ੁਰੂ ਕੀਤਾ ਸੇਵਾ ਦਾ ਕੰਮ ਉਦੋਂ ਤੋਂ ਹੀ ਪਹਿਲੇ ਦਿਨ ਤੋਂ ਹੀ ਜੁੜੀਆਂ ਨਾਲ ਤੇ ਤੁਸੀਂ ਕੀ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਉਂਦੇ ਤੁਸੀਂ ਬੱਚਿਆਂ ਨੂੰ ਬੱਚਿਆਂ ਦੇ ਜਿਹੜੇ ਲੈਵਲ ਤੇ ਉਹ ਹੈਗੇ ਆ ਉਸ ਲੈਵਲ ਦੀ ਪੜਾਈ ਇਹਨਾਂ ਨੂੰ ਦੇਣੇ ਆ ਤੇ ਨਾਲੇ ਉਹਨਾਂ ਨੂੰ ਜਿਹੜੇ ਸਕੂਲ ਪੜ੍ਹਦੇ ਆ ਨਾ ਉਹਨਾਂ ਦੀ ਟਿਊਸ਼ਨ ਦਾ ਕੰਮ ਅਸੀਂ ਇਹਨਾਂ ਨੂੰ ਕਰਵਾ ਕੇ ਭੇਜਦੇ ਆ ਉਹਨੂੰ ਮਿਲਦਾ ਜਦ ਬੱਚਿਆਂ ਨੂੰ ਪੜਾਉਂਦੇ ਕੋਈ ਘਰ ਵਿੱਚ ਕਾਫੀ ਟੈਨਸ਼ਨਾਂ ਹੁੰਦੀ ਹੈ ਡਿਪਰੈਸ਼ਨ ਹੁੰਦਾ ਸਕੂਨ ਮਿਲਦਾ ਇੱਥੇ ਅੱਗੇ ਜਦ ਬੱਚਿਆਂ ਨੂੰ ਪੜਾਉਂਦੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਰਾਤ ਨੂੰ ਚੈਨ ਦੀ ਨੀਂਦ ਸੋਈਦੀ ਹੈ ਕਿ ਇੱਕ ਅੱਛਾ ਕੰਮ ਕੀਤਾ ਹੈ ਜ਼ਿੰਦਗੀ ਵਿੱਚ ਕੁਝ ਅੱਛਾ ਕਰਕੇ ਜਾਵਾਂਗੇ ਬਹੁਤ ਅੱਛੀ ਨੀਂਦ ਆਉਂਦੀ ਹੈ ਰਾਤ ਨੂੰ ਮੈਮ ਤੁਸੀਂ ਪਹਿਲੇ ਇੱਥੇ ਪੜਦੇ ਸੀਗੇ ਨਹੀਂ ਮੈਂ ਪੜਦੀ ਤਨੀ ਸੀ ਬਟ ਮੈਂ 7ਥ ਕੀਤੀ ਸੀ ਉਸ ਤੋਂ ਬਾਅਦ ਮੈਂ ਆਪਣੀ ਸਟੱਡੀ ਛੱਡਤੀ ਕਿਉਂਕਿ ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸੀਗੇ ਤੇ ਉਸ ਤੋਂ ਬਾਅਦ ਮੇਰੀ ਦੀਦੀ ਨਜੀਨਾ ਮੁਲਾਕਾਤ ਹੋਈ ਤੇ ਫਿਰ ਉਸ ਤੋਂ ਬਾਅਦ ਸ਼ੁਰੂ ਕੀਤੀ ਸਟੱਡੀ ਆਪਣੀ 10ਥ ਕੀਤੀ ਓਪਨ ਦੇ ਵਿੱਚ ਫਿਰ +2 ਕੀਤੀ ਹੁਣ ਮੈਂ ਸਪੋਕਨ ਇੰਗਲਿਸ਼ ਕਰ ਰਹੀ ਆ ਤੇ ਕਾਫੀ ਸਾਥ ਮਿਲਿਆ ਕਾਫੀ ਸਪੋਰਟ ਮਿਲਿਆ ਕਿ ਸਟੱਡੀ ਕੰਪਲੀਟ ਕਰਨ ਵਾਰੇ ਕਾਫੀ ਥਿੰਕਿੰਗ ਚੇਂਜ ਹੋਈ ਤੇ ਇੱਕ ਅਜੀਬ ਜਿਹਾ ਸਕੂਨ ਹੈ ਪਤਾ ਨਹੀਂ ਕੀ ਕਹਿ ਸਕਦੇ ਉਹਨੂੰ ਕਿ ਸਾਰੀ ਟੈਨਸ਼ਨਸ ਤੋਂ ਸਾਰੀ ਮਤਲਬ ਕਈ ਵਾਰ ਅਸੀਂ ਸੋਚਦੇ ਹਾਂ ਨਾ ਅੱਜ ਅਸੀਂ ਕਿਸੇ ਨੂੰ ਗਲਤ ਕਹਿਤਾ ਹੈ ਅੱਜ ਅਸੀਂ ਕਿਸੇ ਨੂੰ ਕੁਝ ਗਲਤ ਕਹਿਤਾ ਹੈ ਪਰ ਜਿਹੜੇ ਸਕੂਨ ਨਾਲ ਅਸੀਂ ਸੌਂਨੇ ਆ ਨਾ ਮੈਨੂੰ ਇਹ ਲੱਗਦਾ ਮੈਂ ਦੀਦੀ ਤੇ ਮੈਂ ਕਈ ਵਾਰ ਨਾ ਆਫਟਰ ਕਲਾਸ ਅਸੀਂ ਰਸਤੇ 'ਚ ਜਾਂਦੇ ਜਾਂਦੇ ਗੱਲਾਂ ਕਰਦੇ ਹੁੰਨੇ ਆ ਦੀਦੀ ਅਜੀਬ ਜੀ ਵਾਈਬ ਆ ਰਹੀ ਹੈ ਅੱਜ ਕਹਿੰਦੇ ਕਹਿੰਦੇ ਗगन ਤੂੰ ਰੋਜ਼ ਇਹ ਗੱਲ ਕਰਦੀ ਮੈਂ ਕਹਿੰਦਾ ਨਹੀਂ ਦੀਦੀ ਇਹ ਸਕੂਨ ਹੈ ਏ ਵਾਈਬ ਹੈ ਜਿਹੜੀ ਸਕੂਨ ਵਾਲੀ ਹੈ ਤੇ ਕਹਿੰਦੇ ਹਾਂ ਇਹ ਤਾਂ ਹੈ ਕਈ ਵਾਰ ਸਾਡੇ ਪੇਰੈਂਟਸ ਕਈ ਇੱਕ ਟਾਈਮ ਐਦਾ ਦਾ ਵੀ ਆਇਆ ਜਿੱਥੇ ਪੇਰੈਂਟਸ ਨੇ ਕਿਹਾ ਕਿ ਬੇਟਾ ਪਹਿਲੇ ਤਾਂ ਸਟੱਡੀ ਸੀ ਕਿਉਂਕਿ ਮੈਂ ਵੀ 5 ਸਾਲ ਤੋਂ ਦੀਦੀ ਜੀ ਉਹਨਾਂ ਨੇ ਕਰ ਰਹੀਆਂ ਉਦੋਂ ਤਾਂ ਕਰਦੇ ਨੇ ਕਿਹਾ ਕਿ ਚਲੋ ਤੁਹਾਡੀ ਸਟੱਡੀ ਕੰਪਲੀਟ ਹੋ ਗਈ ਬੇਟਾ ਕੋਈ ਗੱਲ ਨਹੀਂ ਬਟ ਟੱਚਵੁੱਡ ਮੇਰੇ ਪੇਰੈਂਟਸ ਔਰ ਮੇਰੀ ਫੈਮਿਲੀ ਅੱਡੀ ਵਧੀਆ ਹੈਗੀ ਹੈ ਨਾ ਕਿ ਹੁਣ ਮੇਰੀ ਸਟੱਡੀ ਕੰਪਲੀਟ ਹੋ ਗਈ ਆ ਬਾਕੀ ਵੀ ਮੈਂ ਹੌਲੀ ਹੌਲੀ ਕਰ ਰਹੀਆਂ ਨਾਲ ਬਨਾਲ ਤੇ ਮੰਮੀ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਗगन ਤੂੰ ਇਹ ਚੀਜ਼ ਛੱਡ ਦੇ ਜਾਂ ਕੀ ਰੱਖਿਆ ਇਹਦੇ ਵਿੱਚ ਫ੍ਰੀ ਦੇ ਵਿੱਚ ਜਾਣਾ ਨਾ ਕਈ ਵਾਰ ਤਾਂ ਨਾ ਕੋਈ ਆਂਦਾ ਹੈ ਬੱਚਿਆਂ ਨੂੰ ਮਿਲਣ ਲਈ ਕਿਉਂਕਿ ਇਹ ਕੋਈ ਸਕੂਲ ਤਾਂ ਹੈ ਨਹੀਂ ਕਿ ਸਕੂਲ ਟਾਈਮਿੰਗ ਤੇ ਛੁੱਟੀ ਹੋ ਜਾਏਗੀ ਕੋਈ ਆਏ ਕੋਈ ਨਾ ਆਏ ਕੋਈ ਮਤਲਬ ਨਹੀਂ ਹੈਗਾ ਐਨ ਜੀ ਓ ਹੈ ਜਿਹੜਾ ਵੀ ਆਂਦਾ ਸਾਨੂੰ ਉਹਦਾ ਵੈਲਕਮ ਕਰਨਾ ਪੈਂਦਾ ਕੋਈ ਐਨੀਵਰਸਰੀ ਮਨਾਉਣ ਆ ਰਿਹਾ ਕੋਈ ਕੁਝ ਵੀ ਕਰਨ ਆ ਰਿਹਾ ਅਸੀਂ ਉਹਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਆ ਬੱਚੇ ਵੀ ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਕੋਈ ਗਿਫਟ ਵਗੈਰਾ ਲੈ ਕੇ ਕੋਈ ਕੁਝ ਲੈ ਕੇ ਬਹੁਤ ਖੁਸ਼ ਹੁੰਦੇ ਨੇ ਤੇ ਕਾਫੀ ਕਾਫੀ ਟਾਈਮ ਹੁੰਦਾ ਸਾਰਾ ਸਾਰਾ ਦਿਨ ਲੱਗ ਜਾਂਦਾ ਤੇ ਮੰਮੀ ਮੇਰੇ ਮੇਰੇ ਮੰਮੀ ਕਦੀ ਨਹੀਂ ਕਹਿੰਦੇ ਹੈਗੇ ਕਿ ਸਾਰਾ ਦਿਨ ਇੱਕ ਅਸੀਂ ਜੌਬ ਤੋਂ ਜਾਣਿਆ ਨਾ ਉਹ ਵੈਲਿਊ ਅਲੱਗ ਹੁੰਦੀ ਕੋਈ ਘਰੇ ਦੋ ਦਿਨ ਵਿਹਲਾ ਬੈਠਾ ਰਹੇ ਨਾ ਤਾਂ ਸਾਡੇ ਪੇਰੈਂਟਸ ਕਹਿਣ ਲੱਗ ਜਾਂਦੇ ਤੁਸੀਂ ਸਾਰਾ ਦਿਨ ਵਿਹਲੇ ਬੈਠੇ ਹੋ ਕੰਮ ਕਰ ਲਓ ਕਿਉਂਕਿ ਦਿਸ ਦਾ ਟਾਈਮ ਐਦਾ ਦਾ ਚੱਲ ਰਿਹਾ ਹੈਗਾ ਕਿ ਸਾਰ ਕੋਈ ਵਰਕਿੰਗ ਹੈ ਆਪਣੇ ਆਪਣੇ ਮਤਲਬ ਪਲੇਟਫਾਰਮ ਤੇ ਹਰ ਕੋਈ ਕੰਮ ਕਰਦਾ ਹੈ ਹਰ ਕੋਈ ਬਿਜ਼ੀ ਹੈ ਤੇ ਸਾਨੂੰ ਮੇਰੇ ਫਰੈਂਡ ਫਰੈਂਡਸ ਹੁੰਦੇ ਕਈ 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 ਵਾਰ ਨਾ ਕਈ ਲੋਕ ਮਿਲਦੇ ਆ ਨਾ ਰਸਤੇ 'ਚ ਤੁਸੀਂ ਹਾਂਜੀ ਉਹ ਐਨਜੀਓ ਦੇ ਵਿੱਚ ਤੁਸੀਂ ਹਾਂ ਉੱਥੇ ਯਾਰ ਮਿਲਦਾ ਕੀ ਉੱਥੇ ਜਾ ਕੇ ਮੈਂ ਫੇਰ ਇੱਕੋ ਸਵਾਲ ਕਰਨੀ ਆ ਮੈਂ ਨਹੀਂ ਬਿਆਨ ਨਹੀਂ ਕਰ ਸਕਦੀ ਮੇਰੇ ਕੋਲ ਲਫ਼ਜ਼ ਨਹੀਂ ਆਗੇ ਇਸ ਨਾ ਸਾਰੇ ਸਕੂਲ ਵੀ ਬੰਦ ਸੀਗੇ ਤੁਸੀਂ ਵੀ ਦੱਸੋ ਕਿ ਅੱਜ ਹੀ ਸਿਰ ਤੋਂ ਸਕੂਲ ਖੁੱਲਿਆ ਵਾ ਤੇ ਪਿਛਲੇ 10 15 ਦਿਨ ਤੋਂ ਛੁੱਟੀਆਂ ਸੀਗੀਆਂ ਤੇ ਮਨ ਲੱਗ ਜਾਂਦਾ ਸੀ ਘਰ ਮੈਂ ਸਹੀ ਗੱਲ ਦੱਸਾਂ ਮੇਰਾ ਬਿਲਕੁਲ ਦਿਲ ਨਹੀਂ ਲੱਗਦਾ ਹੈਗਾ ਤੇ ਬੱਚੇ ਬੱਚਿਆਂ ਨਾਲ ਐਨਾ ਜ਼ਿਆਦਾ ਪਿਆਰ ਹੈ ਨਾ ਕਿ ਹੁਣ ਕਈ ਅੱਜ ਤਾਂ ਆਪਾਂ ਡਿਜੀਟਲ ਵੇਚ ਜੀ ਰਹੇ ਆ ਹਨਾ ਡਿਜੀਟਲ ਲਾਈਫ ਹੈ ਸਾਰਾ ਕੁਝ ਤੇ ਬੱਚਿਆਂ ਕੋਲ ਕਈ ਕੋਲ ਨਾ ਨੰਬਰ ਹੈਗੇ ਆ ਤੇ ਮੈਂ ਕੱਲ ਦੀ ਗੱਲ ਤੁਹਾਨੂੰ ਦੱਸਾਂਗੀ ਬੱਚੇ ਫੋਨ ਕਰਕੇ ਪਤਾ ਕੀ ਕਹਿੰਦੇ ਕਹਿੰਦੇ ਮੈਮ ਲਗਾ ਲਓ ਕਲਾਸ ਕਿਉਂ ਲਈ ਆਪ ਕਲਾਸ ਲਗਾ ਰਹੇ ਹੋ ਮੈਂ ਕਿਹਾ ਬੇਟਾ ਆਪ ਕੌਣ ਹੈ ਕਹਿੰਦਾ ਮੈਮ ਮੈਂ ਦੀਪਕ ਬੋਲ ਰਹਾ ਹੂੰ ਮੈਂ ਕਿਹਾ ਅੱਛਾ ਬੇਟਾ ਕੋਈ ਬਾਤ ਨਹੀਂ ਲਗਾ ਲੇਂਗੇ ਤੋ ਮੈਡਮ ਬਾਤ ਕਰ ਲਓ ਮੇਰਾ ਦਿਲ ਨਹੀਂ ਲੱਗ ਰਿਹਾ ਮੈਂ ਕਿਹਾ ਅੱਛਾ ਦਿਲ ਤਾਂ ਮੇਰਾ ਵੀ ਨਹੀਂ ਲੱਗ ਰਾ ਫਿਰ ਅੱਜ ਵੀ ਨਾ ਮੈਂ ਬਿਮਾਰ ਸੀ ਤੇ ਮੈਂ ਦੀਦੀ ਨੂੰ ਕਾਲ ਕੀਤੀ ਕਿ ਵੀ ਦੀਦੀ ਮੇਰੀ ਤਬਿਆ ਠੀਕ ਨਹੀਂ ਹੈਗੀ ਫੀਵਰ ਜਿਹਾ ਲੱਗ ਰਿਹਾ ਮੈਨੂੰ ਆਣਾ ਹੈਗਾ ਤੇ ਸਡਨਲੀ ਇਕਦਮ ਹੀ ਬੈਠੀ ਬੈਠੀ ਨਾਲ ਮੈਨੂੰ ਮੈਂ ਕਹਿੰਦਾ ਯਾ ਚੱਲ ਕੁਝ ਨਹੀਂ ਹੁੰਦਾ ਬਿਮਾਰੀ ਚਲੀ ਜਾਂਦੀ ਪਰ ਜਦੋਂ ਉਹ ਮੈਂਥੇ ਖੜੀ ਹੈ ਨਾ ਕੋਈ ਕੋਈ ਇਹ ਕਹੇਗਾ ਨਾ ਕੋਈ ਕਹਿੰਦੇ ਨੇ ਕਈ ਇਦਾਂ ਦੀ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਆਪਾਂ ਫਿਲਮਾਂ ਦੇਖਦੇ ਆਪਾਂ ਫਿਲਮ ਚ ਦੇਖਦੇ ਨਾ ਇੱਕ ਫਿਲਮ ਹੈ ਬਾਜਰਾ ਦਾ ਸਿੱਟਾ ਉਹਦੇ ਵਿੱਚ ਐਂਡ ਦੇ ਵਿੱਚ ਬੱਚੀ ਨੂੰ ਸੌਂਗ ਸੁਣਾ ਕੇ ਜੋ ਆ ਮਤਲਬ ਬਿਲਕੁਲ ਹੀ ਜਾਨ ਪ੍ਰਾਂ ਛੱਡੀ ਹੁੰਦੀ ਉਹ ਬੱਚੀ ਉਠਾ ਦਿੰਦੇ ਇਹ ਕਹਿਣ ਦੀਆਂ ਗੱਲਾਂ ਹੈ ਪਰ ਜਦੋਂ ਕਿਸੇ ਚੀਜ਼ ਚ ਜਾਨ ਪੈਂਦੀ ਹੈ ਨਾ ਉਹ ਕਿਸ ਤਰ੍ਹਾਂ ਪੈ ਜਾਂਦੀ ਹੈ ਸਾਨੂੰ ਵੀ ਨਹੀਂ ਪਤਾ ਲੱਗਦਾ ਸੋ ਇੱਕ ਸਕੂਨ ਇੱਕ ਵਾਈਬ ਹੈਗੀ ਹੈ ਤੇ ਟਾਈਮ ਤੋਂ ਪਹਿਲੇ ਮੈਚੁਰ ਹੋ ਗਏ ਆ ਪਤਾ ਨਹੀਂ ਮੇਰੇ ਮਮਾ ਕਹਿੰਦੇ ਮਮਾ ਕਹਿੰਦੇ ਤੂੰ ਬੁੱਢੀਆ ਵਾਲੀ ਗੱਲਾਂ ਕਰਦੀ ਮੈਂ ਕਹਿੰਦਾ ਨਹੀਂ ਮਮਾ ਜੋ ਲਾਈਫ ਦਾ ਲੈਸਨ ਸਿੱਖ ਲਿਆ ਨਾ ਓ ਮੈਨੂੰ ਲੱਗਦਾ ਕਿ ਮੈਂ ਕਦੀ ਨਹੀਂ ਸਿੱਖ ਪਾਵਾਂਗੀ ਸੋ ਮੈਂ ਗੋੜ ਦੀ ਤੇ ਹਰਪ੍ਰੀਤ ਦੀ ਦਿਲੋਂ ਧੰਨਵਾਦ ਦੀਆਂ ਕਿ ਮੈਨੂੰ ਇਹ ਬੱਚਿਆਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਬੱਚਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਕਿਉਂਕਿ ਮੈਨੂੰ ਮੈਂ ਘਰੋਂ ਆ ਜੇ ਗੱਲ ਕਰੂ ਮੈਨੂੰ ਫੈਮਿਲੀ ਤੋਂ ਨਹੀਂ ਉਹ ਪਿਆਰ ਮਿਲਿਆ ਜੋ ਬੱਚਿਆਂ ਤੋਂ ਮਿਲਿਆ ਉਹ ਬਹੁਤ ਪਿਆਰ ਕਰਦੇ ਨੇ ਤੁਸੀਂ ਪਿਛਲੇ ਕਾਫੀ ਲੰਬੇ ਸੇ ਬੱਚਿਆਂ ਨੂੰ ਪੜਾ ਰਹੇ ਹੋ ਜੋ ਜੋ ਵੀ ਲੱਗ ਗਿਆ ਬੱਚਿਆਂ ਨੂੰ ਹਾਇਰ ਕੁਆਲਿਫਾਈ ਕਿੰਨੀ ਹੋ ਗਈ ਤੁਹਾਡੇ ਜਿਹੜੇ ਬੱਚੇ ਇੱਥੇ ਪੜ ਕੇ ਗਏ ਨੇ ਹਾਂਜੀ ਕਾਫੀ ਕੁੜੀਆਂ ਸਾਡੇ ਕੋਲ ਜਿਹੜੀਆਂ ਪੜਾਣ ਤੋਂ ਹੀ ਜੁੜੀਆਂ ਸੀ ਉਹਨਾਂ ਦੀ MBA ਕਿਸੇ ਦੀ ਕੰਪਲੀਟ ਹੋ ਸੇਵਾ ਕਰਦੇ ਕਰਦੇ ਡੈਥ ਹੋਈ ਉਹਨਾਂ ਦੀ ਅਸੀਂ ਪੜ੍ਹਾਈ ਕੰਪਲੀਟ ਕਰਾਈ ਕਿਸੇ ਦੀ ਐਮਐਸਸੀ ਕਰਾਈ ਉਹ ਕੁੜੀਆਂ ਕਈ ਜੌਬ ਲੱਗ ਗਈਆਂ ਨੇ ਸ਼ਾਮ ਨੂੰ ਟਾਈਮ ਕੱਢਦੀਆਂ ਨੇ ਜਿਨ੍ਹਾਂ ਕੋਲ ਸ਼ਾਮ ਨੂੰ ਟਾਈਮ ਨਹੀਂ ਹੁੰਦਾ ਉਹ ਹਫ਼ਤੇ 'ਚ ਇੱਕ ਦਿਨ ਜ਼ਰੂਰ ਆਉਂਦੀਆਂ ਨੇ ਕਿ ਮੈਮ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਸਾਡੀ ਪੜ੍ਹਾਈ ਕੰਪਲੀਟ ਕਰਾਈ ਕੋਈ ਦੋ ਬੱਚੇ ਸਾਨੂੰ ਦਿਓ ਅਸੀਂ ਉਹਦੀ ਫੀਸ ਦਿਆ ਕਰਾਂਗੇ ਇਸ ਤਰ੍ਹਾਂ ਸਾਡੇ ਨਾਲ ਕੁੜੀਆਂ ਜੁੜੀਆਂ ਨੇ ਬਿਲਕੁਲ ਬੱਚੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪ ਕਦੋਂ ਸੇ ਯਹਾਂ ਪਰ ਆਤੇ ਹੋ ਕਿੱ사 ਲੱਗਤਾ ਹੈ ਜਦ ਮੈਮ ਪੜ੍ਹਾਉਂਦੇ ਪੁਰਾ ਸਸੀ ਗਾਲ ਜੀ ਮੇਰੇ ਨਾਮ ਪੂਜਾ ਹੈ ਮੈਂ ਇਥੇ 5 ਸਾਲ ਪਹਿ ਰੋਜ਼ ਸੀ 2-3 ਕਿਲੋਮੀਟਰ ਤੁਰ ਕੇ ਆਨੇ ਆ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਪੜ੍ਹਨ ਨੂੰ ਮਿਲਦਾ ਸਿੱਖਣ ਨੂੰ ਮਿਲਦਾ ਹੈ ਸਭ ਕੁਝ ਜਿੱਦਾਂ ਅੱਜ ਛੁੱਟੀਆਂ ਸੀਗੀਆਂ ਅੱਜ ਸਕੂਲ ਲੱਗ ਗਿਆ ਘਰ ਦੇ ਲੱਗ ਗਿਆ ਸੀਗਾ ਘਰ ਨਹੀਂ ਬਿਲਕੁਲ ਵੀ ਨਹੀਂ ਘਰ ਬੋਰ ਰਹਿੰਦੇ ਸੀ ਕਰੇ ਬਸ ਪੜ੍ਹ ਲਓ ਇੱਥੇ ਆ ਕੇ ਐਕਟੀਵਿਟੀ ਕਰਦੇ ਆ ਮਸਤੀ ਥੋੜੀ-ਵੱਟੀ ਕਰਦੇ ਆ ਅੱਛਾ ਲੱਗਦਾ ਇੱਥੇ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਹੁੰਦਾ ਹਾਂਜੀ ਬਹੁਤ ਵਧੀਆ ਹੁੰਦਾ ਹੈ ਹੋਰ ਵੀ ਨੇ ਅ ਕੀ ਨਾਮ ਆਪਕਾ ਆਪ ਕਦਸੇ ਯਹਾਂ ਪਰ ਪੜ੍ਹ ਰਹੇ ਮੇਰਾ ਨਾਮ ਆਸ਼ਾ ਹੈ ਸੱਚੀ ਕਾਸਾਰਿਆ ਨੂੰ मैं पाँच साल से यहाँ पढ़ रही हूँ मेरे को कुछ नहीं आता था मैडम ने मेरे को सब कुछ पढ़ना सिखाया फिर उसके बाद हम स्कूल में लगे उसके बाद मैंने सातवीं की बस तो आपने पढ़ाई छोड़ी क्यों थी पहले मैं पहले पढ़ती भी नहीं थी। नहीं, थी नहीं पहले हम मेरे हमारे जात वाले कहते थे पढ़ के क्या करोगे मास्टर नहीं बन जाओगे पढ़ के फिर मैडम के पास ट्यूशन आने लगे मैडम ने कहा पढ़ो फिर हम पढ़ने शुरू किए तो आपके जो माता पिता मैडम कैसे उनको मनाया कि हाँ स्कूल आओ कैसे मतलब तो उनको समझाया कि पढ़ाई बहुत जरूरी है संविधान है पढ़ना बहुत जरूरी होता है मैम मैडम मैं मैडम हमारे पापा मम्मी के पास तो नहीं आए फिर पहले कई बच्चे ट्यूशन जाते थे फिर हम मम्मी को कहते मम्मी हम भी चले जाएं आज मम्मी चले जाएं मम्मी क्या करेगी पढ़ के मम्मी हम सारा काम करके चले जाएंगे पढ़ने फिर मम्मी कहती जाओ उसके बाद हम जाने लगे तो मैडम ने पढ़ाया तो आगे स्कूल में एडमिशन करवाई फिर पढ़ना शुरू अच्छा लगता है पढ़ना हाँ क्या सपना क्या बड़े होकर बनना चाहते हैं ਮੈਂ ਤਾਂ ਸਿਲਾਈ ਸਿੱਖ ਰਹੀ ਹਾਂ ਸਿਲਾਈ ਸਿੱਖ ਰਹੀ ਹਾਂ ਹਾਂ ਮੇਰੇ ਬੈ ਵੀ ਇਹਸ ਕਰ ਰਹੇ ਮੈਡਮ ਵੀ ਸਿਖਾਤੇ ਤੇ ਸਿਲਾਈ ਮੇਰੀ ਬਹਨੇ ਉਹਨਾਂ ਸੇ ਸਿੱਖੀ ਹੈ ਫਿਰ ਉਹ ਮੇਰੇ ਕੋ ਵੀ ਸਿਖਾਤੇ ਸੋ ਬਿਲਕੁਲ ਕਹਿ ਸਕਦੇ ਆ ਕਿ ਇੱਕ ਜਿਹੜੀ ਮੈਂ ਮੈਂ ਹਰਪ੍ਰੀਤ ਇੱਕ ਮਸੀਹਾ ਜਿਹੜਾ ਬਣਿਆ ਗਰੀਬ ਬੱਚਿਆਂ ਲਈ ਜੋ ਕਰੋ ਆ ਨਹੀਂ ਸਕਦੀ ਸੀ ਪਰੰਤ ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੱਚੇ ਪੜ੍ਹਾ ਰਹੇ ਨੇ ਤੇ ਕਈ ਜਿਹੜੀਆਂ ਜੋਬ ਵੀ ਲੱਗ ਚੁੱਕੇ ਐ ਤੇ ਪਰਾਂ ਟਾਈਮ ਕੱਢ ਕੇ ਇੱਥੇ ਰਿਟਰਨ ਜਿਹੜਾ ਵਾ ਦੇਣਾ ਜ਼ਰੂਰ ਆਂਦੇ ਮੈਮ ਨੂੰ ਕਿ ਤੁਸੀਂ ਸਾਨੂੰ ਪੜਾਇਆ ਸੀਗਾ ਤਾਂ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਨੇ ਬੱਚਿਆਂ ਨੂੰ ਇੱਥੇ ਅੱਗੇ ਪੜ੍ਹਾਉਂਦੇ ਨੇ ਤੇ ਅਸੀਂ ਗੱਲਬਾਤ ਕੀਤੀ ਸੀਗੀ ਇਹ ਟੀਚਰ ਨੇ ਉਹਨਾਂ ਨੇ ਕਹਿਣਾ ਸੀਗਾ ਕਿ ਉਹਨੂੰ ਇੱਥੇ ਸਕੂਲ ਜਿਹਾ ਮਿਲਦਾ ਹੈ ਕਿ ਇੱਕ ਕਹਿ ਸਕਦਾ ਕਿ ਚੰਗਾ ਜਿਹੜਾ ਪ੍ਰਲਾ ਕੀਤਾ ਜਾ ਰਿਹਾ ਜਿਹੜਾ ਕੰਮ ਸਰਕਾਰਾਂ ਦਾ ਹੁੰਦਾ ਸੀ ਕਿ ਤਰ੍ਹਾਂ ਕਿਤੇ ਸਮਾਜ ਸੇਵੀ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਕੈਮਰੋ ਵਿੱਚ ਲਖਵਿੰਦਰ